ਪੈਸੀ ਨੂੰ ਵੀ ਵੇਚੋ ਭੈਣ ਦੀ ਪੈਸੀ ਦੀ ਕੋਈ ਬਰੀ ਕਰਨ ਦੀ ਲੋੜ ਨੀ ਮੈਨੂੰ ਡਰਦਾ ਪੁਲਿਸ ਪੁਲਿਸ ਤੋਂ ਮੈਂ ਕਿਸੇ ਫੌਜ ਤੋਂ ਨੀ ਡਰਦਾ ਭੈਣ ਦੀ ਪੁਲਿਸ ਦੀ ਤੇ ਨਾਲੇ ਫੌਜ ਦੀ श्री वाहिगुरु जी का खालसा श्री वाहिगुरु जी की फतेह। दोस्तों मैं हाँ तुहाडा अपना सरपंच मीका गिल पंजाब यूथ फैडरेशन तो मैं अज एक जी तुहानू वीडियो दिखा रहा नाल दी नाल ये जे एस इस शख्स का नाम जिहड़ा इस वीडियो तुहानू देख रहे हैं ये जे एस धालीवाल है। साढ़े इत्थे पंजाब विच मोगे दे नाल निहाल सिंह वाला पैंदा उत्थे दा रहण वाला अजकल अमेरिका विच रह रहा ट्रक ड्राइवर आ। पंजाब इंडिया गौरमेंट ने इसनों अतवादी डिकलेयर किया हो अतवादी घोषित किया हो पन्नू का यह बहुत खास मुखास आ। सिख फॉर जस्टिस रेफरेंडम 2020 दे विच ये बहुत अपने आप को मुखी दसदा वहदा जिहड़ा US मीडिया इंटरनेशनल चैनल आ उन्हूं यह होस्ट करता 2.5 घंटे बैठ के उत्ते बकवासबाजी आम लोगों लई आम लीडर लई जां किसी भी खिते दे लोगों लई तो इहनूं धर्म नाल फर्क नहीं इहनां नूं बस अपनी एक वाह वाह कराउण दी आदत पई हुई आ। ये उत्थे बैठ के लोगों नूं भद्दी शब्दाल दी वरतदा ये जिहड़ी वीडियो दे विच एक पेशे वजों ट्रक ड्राइवर आ ये वीडियो दे विच जिहड़ी तुहानूं दिखा रहे हां इहदे विच इह ट्रक चला रहा सी ते नाल दी नाल बोतल मूँह नूं रला के शराब दी ते उह जिहड़ी शराब आ उह वी बड़ी महंगी आ। जिहड़ी शराब इह मूँह नूं ला के पैंदा कोई लैबल ब्ल्यू जां कुछ इस तरह की कोई दारू आ काफ़ी महंगी बोतल आ वह शरिया मूँह नूं ला के जा रहा सी ते रस्ते दे विच किसी ने दी शिकायत करती तो एको दम इहने ट्राला साइड ते लगा के पैसेंजर सीट ते आ गया उत्थे बैठ के इहने अपने फेसबुक अकाउंट तो लाइव हो गया ते कह रहा कि अज आपां US मीडिया ते तां लाइव होना नहीं इहदे ते ही आ जाओ ते इहदी शब्दावली इहदियां हरकतां जे पागलां नालों घट होण तां तुसीं मैनूं दस दिओ। इहदा वीडियो दा मैं लिंक भी तुहानूं नाल दी नाल शेयर कर दूं जिहड़ी इहने उत्थे आपदे घट्टो घट 21 मिनट आपके फेसबुक अकाउंट तो लाइव होकर की हरकत है। मैं थोनू सारे साध संगत दसना चाहना कि इन्हों का जोड़े करैक्टर ने चाहे जे एस धालीवाल होया चाहे गुरपतवंत सिंह पन्नू होया चाहे वह साबी होया इन्हों के करैक्टर कोई खास वधिया नहीं है। ये तोड़े पैसे नाल पाकिस्तान एजेंसियों के पाकिस्तान के पैसे नाल बड़ी ऐश आराम भरी जिंदगी बतीत करते हैं ਤੁਹਾਨੂੰ ਇਹ ਭੜਕਾਉਂਦੇ ਰਹਿੰਦੇ ਆ ਅਲੱਗ ਅਲੱਗ ਸਮੇਂ 'ਤੇ ਕਿ ਜੀ ਉੱਥੇ ਇਹ ਕਰ ਦਿਉ ਉੱਥੇ ਉਹ ਕਰ ਦਿਉ। ਜਦੋਂ ਮੈਂ 11 ਅਗਸਤ 2021 ਨੂੰ ਖਾਨਕੋਟ ਪਿੰਡ ਗਿਆ ਗੁਰਪਤਵੰਤ ਸਿੰਘ ਪੰਨੂ ਦਾ ਜੱਦੀ ਪਿੰਡ ਆ ਉੱਥੇ ਮੈਂ ਆਪਣੀ ਟੀਮ ਦੇ ਨਾਲ ਗਿਆ ਅਤੇ ਪੰਨੂ ਦੀ ਜ਼ਮੀਨ ਦੇ ਉੱਤੇ ਸਾਡੇ ਦੇਸ਼ ਦਾ ਰਾਸ਼ਟਰੀ ਝੰਡਾ ਜਿਹੜਾ ਤਿਰੰਗਾ ਉਹ ਲਹਿਰਾਇਆ ਤਾਂ ਇਹਨੂੰ ਬੜੀ ਤਕਲੀਫ ਹੋਈ। ਇਹਨੇ ਲਾਈਵ ਹੋ ਕੇ ਆ ਦੇਖਿਓ ਮੈਂ ਨਾਲ ਦੀ ਨਾਲ ਲਿੰਕ ਸ਼ੇਅਰ ਕਰੀ ਜਾਊਂਗਾ ਇਹਨੇ ਆਪਦੇ ਇਹ US ਮੀਡੀਆ ਇੰਟਰਨੈਸ਼ਨਲ ਚੈਨਲ ਤੋਂ ਲਾਈਵ ਹੋ ਕੇ ਮੇਰੇ ਵਾਲੇ ਬੜੀ ਬਕਵਾਸਬਾਜ਼ੀ ਕੀਤੀ ਸੀ ਮੇਰੇ ਮੱਥੇ 'ਤੇ ਖਾਲਿਸਤਾਨ ਲਿਖਣ ਦੀਆਂ ਧਮਕੀਆਂ ਤੱਕ ਦਿੱਤੀਆਂ। ਈਵਨ ਕਿ ਮੇਰੇ ਪਿੰਡ ਦੇ ਵਿੱਚ ਦੋ ਮੁੰਡੇ ਇੱਥੇ ਸਾਡੇ ਦੁਰਾਹੇ ਦੇ ਨਾਲ ਰਾਮਪੁਰ ਪਿੰਡ ਆ ਉੱਥੇ ਦੇ ਮੁੰਡੇ ਭੇਜ ਕੇ ਰਾਤ ਨੂੰ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਿਖਵਾਏ। ਦੇਖੋ ਮੇਰਾ ਉਹਨਾਂ ਮੁੰਡਿਆਂ ਨਾਲ ਕੋਈ ਰੋਸਾ ਨਹੀਂ ਕਿਉਂਕਿ ਪਿੱਛੇ ਜਿਹੜਾ ਚੋਰ ਹੁੰਦਾ ਨਾ ਕਹਿੰਦੇ ਚੋਰ ਨੂੰ ਨਾ ਮਾਰੋ ਉਹਦੀ ਮਾਂ ਨੂੰ ਮਾਰੋ। ਜਿਹੜਾ ਚੋਰ ਦੀ ਮਾਂ ਵਾ ਨਾ ਉਹ ਇਹ ਗੁਰਪਤਵੰਤ ਪੰਨੂ ਜਸਵਿੰਦਰ ਧਾਲੀਵਾਲ ਇਹ ਸਾਬੀ ਨਿੱਜਰ ਹੁਣ ਇਹ ਸਾਰੇ ਚੋਰਾਂ ਦੀਆਂ ਮਾਵਾਂ ਨੇ ਇਹ ਵਿਚਾਰੇ ਭੋਲੇ ਭਾਲੇ ਲੋਕ ਇਹਨਾਂ ਨੂੰ ਆਹ ਕਰੈਕਟਰਾਂ ਦਾ ਤਾਂ ਪਤਾ ਹੀ ਨਹੀਂ ਕਿ ਤੁਹਾਡੇ ਇਹ ਇਹਨਾਂ ਦਾ ਕੀ ਕਰੈਕਟਰ ਆ ਇਹ ਇੰਨੀਆਂ ਮਹਿੰਗੀਆਂ ਮਹਿੰਗੀਆਂ ਸ਼ਰਾਬਾਂ ਪੀ ਰਹੇ ਨੇ ਤੁਹਾਨੂੰ ਤਾਂ ਪਤਾ ਨਹੀਂ ਇਹਨਾਂ ਗੱਲਾਂ ਦਾ ਵਿਚਾਰਿਆਂ ਨੂੰ ਉਹ ਅੱਜ ਮੱਥੇ 'ਤੇ ਹੱਥ ਮਾਰਦੇ ਹੋਣਗੇ ਯਾਰ ਅਸੀਂ ਇਹੋ ਜਿਹੇ ਬੰਦਿਆਂ ਦੇ ਪਿੱਛੇ ਲੱਗ ਕੇ ਅਸੀਂ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਲਈਆਂ ਅਸੀਂ ਜੇਲ੍ਹਾਂ ਦੇ ਵਿੱਚ ਬੈਠੇ ਹਾਂ ਕਦੇ ਉਹ ਕੌੜੀ ਪਿੰਡ ਦੇ ਮੁੰਡੇ ਹੋਣ ਕਦੇ ਉਹ ਮੋਗੇ ਦੇ ਹੋਰ ਵੀ ਕਈ ਮੁੰਡੇ ਉੱਥੇ ਤਰਨ ਤਰਨ ਫੜੇ ਗਏ ਸੀਗੇ ਕਾਫੀ ਮੁੰਡੇ ਇਹਨਾਂ ਦੇ ਪਿੱਛੇ ਲੱਗ ਲੱਗ ਕੇ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਨੇ। ਇਹਨਾਂ ਦਾ ਕਰੈਕਟਰ ਆ ਕਿ ਇਹਨਾਂ ਨੇ ਮਹਿੰਗੀਆਂ ਸ਼ਰਾਬਾਂ ਪੀਣੀਆਂ ਨੇ ਇਹਨਾਂ ਨੇ ਵੱਖ ਵੱਖ ਹੋਟਲਾਂ 'ਚ ਜਾ ਕੇ ਯਾਸ਼ੀਆਂ ਕਰਨੀਆਂ ਨੇ ਸਿਰ 'ਤੇ ਇਹਨਾਂ ਦੇ ਵਾਲ ਹੈ ਨਹੀਂ ਅਤੇ ਦਿਮਾਗ ਇਹਨਾਂ ਦੇ ਸਿਰ ਦੇ ਵਿੱਚ ਹੈ ਨਹੀਂ ਕਿਉਂਕਿ ਜਿਵੇਂ ਇਹਨਾਂ ਦੇ ਸਿਰ 'ਤੇ ਵਾਲ ਹੈ ਨਹੀਂ ਨਾ ਉਵੇਂ ਇਹਨਾਂ ਦੇ ਸਿਰ ਦੇ ਵਿੱਚ ਖੋਪੜ ਦੇ ਵਿੱਚ ਦਿਮਾਗ ਵੀ ਹੈ ਨਹੀਂ ਗਾ। ਦਿਮਾਗ ਨਾਮ ਦੀ ਚੀਜ਼ ਹੋਵੇ ਤਾਂ ਆਰਾਮ ਨਾਲ ਬੈਠ ਕੇ ਸੋਚਣਾ ਕਿ ਅਸੀਂ ਕਿਉਂ ਕਿਸੇ ਦੀਆਂ ਧੀਆਂ ਭੈਣਾਂ ਦਾ ਅਸੀਂ ਉਹਨਾਂ ਦਾ ਗਲਤ ਸ਼ੋਸ਼ਣ ਕਰਦੇ ਹਾਂ ਉਹਨਾਂ ਨੂੰ। ਇਸ ਚੀਜ਼ ਦਾ ਤੁਹਾਨੂੰ ਆਪਣੇ ਆਪ ਥੋੜ੍ਹੇ ਸਮੇਂ ਬਾਅਦ ਮੈਂ ਕਾਫੀ ਵੀਡੀਓ ਸ਼ੇਅਰ ਕਰੂੰਗਾ। ਆ ਸਾਬੀ ਦੀਆਂ ਤਾਂ ਬਹੁਤ ਸਾਰੀਆਂ ਵੀਡੀਓ ਤੁਰੀਆਂ ਫਿਰਦੀਆਂ। ਸਾਬੀ ਉਹੀ ਆ ਜਿਹਨੇ GK ਜਿਹੜਾ ਆਪਣੇ ਮਨਜੀਤ ਸਿੰਘ GK ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੁੰਦਾ ਸੀ ਦਿੱਲੀ ਦਾ ਉਹਨਾਂ ਦੀ ਉੱਥੇ ਕੁੱਟਮਾਰ ਕੀਤੀ ਸੀ ਉਹਦੀ ਦਸਤਾਰ ਦੀ ਬੇਅਦਬੀ ਵੀ ਕੀਤੀ ਸੀ ਦਸਤਾਰ ਲਾ ਲਈ ਸੀ। ਦੇਖੋ ਆਪ ਤਾਂ ਇਹਨਾਂ ਦੇ ਕਰੈਕਟਰ ਨੇ ਕਿਸੇ ਦੇ ਸਿਰ 'ਤੇ ਵਾਲ ਹੈ ਨਹੀਂ
ਦਾੜੀਆਂ ਕੱਟੀਆਂ ਹੋਈਆਂ, ਅੰਮ੍ਰਿਤਪਾਨ ਕੀਤੇ ਨਹੀਂ ਹੋਏ, ਸਿਰ 'ਤੇ ਦਸਤਾਰਾਂ ਹੈ ਨਹੀਂ, ਆਪ ਤਾਂ ਇਹਨਾਂ ਨੇ ਦਸਤਾਰ ਬੰਨਣੀ ਨਹੀਂ। ਅਤੇ ਜਿਹੜਾ ਦਸਤਾਰ ਬੰਨਦਾ ਨਹੀਂ ਨਾ, ਉਹਨੂੰ ਦਸਤਾਰ ਦੀ ਕੀਮਤ ਵੀ ਨਹੀਂ ਪਤਾ ਹੁੰਦੀ ਕਿ ਕੀ ਕੀਮਤ ਆ। ਇਹ ਇਹਨਾਂ ਦੇ ਕਰੈਕਟਰ ਨੇ। ਸਾਬੀ ਦੀਆਂ ਤਾਂ ਬਹੁਤ ਸਾਰੀਆਂ ਵੀਡੀਓ ਨਾ ਇੱਥੇ ਕੈਲੀਫੋਰਨੀਆ 'ਚ ਸੋਸ਼ਲ ਮੀਡੀਆ ਧੱਕੇ ਖਾਂਦੀਆਂ ਫਿਰਦੀਆਂ ਨੇ ਕਿ ਕਿਵੇਂ ਕੁੜੀਆਂ ਦਾ ਧੀਆਂ ਭੈਣਾਂ ਦੇ ਸ਼ੋਸ਼ਣ ਕਰਦੇ ਨੇ, ਖਾਲਸਾ ਦੇ ਨਾਮ 'ਤੇ ਕਰਦੇ ਆ। ਅਤੇ ਜਿਹੜਾ ਪੰਨੂ ਆ, ਇੱਕ ਚੇਨ ਸਮੋਕਰ ਆ, ਇਹਦਾ ਕਰੈਕਟਰ ਆ ਨਾ ਜਿਹੜਾ, ਇਹ ਬੜਾ ਇੰਗਲੈਂਡ ਦੇ ਵਿੱਚ ਯਾਸ਼ੀਆਂ ਕਰਦਾ ਜਾ ਕੇ ਹੋਟਲਾਂ 'ਚ, ਇੱਕ ਚੇਨ ਸਮੋਕਰ ਆ। ਇਹਦੀਆਂ ਮੈਂ ਅੱਗੇ ਤੁਹਾਨੂੰ ਡਿਟੇਲਾਂ ਦੇਈ ਜਾਊਂਗਾ, ਕੋਈ ਗੱਲ ਨਹੀਂ, ਨਾ ਮੈਂ ਕਿਤੇ ਚੱਲਿਆ ਨਾ ਤੁਸੀਂ ਕਿਤੇ ਚੱਲੇ ਹੋ। ਪਰੰਤੂ ਜਿਹੜੀ ਸਹੀ ਗੱਲ ਹੁੰਦੀ ਆ ਉਹਨੂੰ ਸਹੀ ਕਹਿਣਾ ਚਾਹੀਦਾ, ਜਿਹੜੀ ਗਲਤ ਗੱਲ ਹੁੰਦੀ ਆ ਉਹਨੂੰ ਗਲਤ ਕਹਿਣਾ ਚਾਹੀਦਾ। ਇਹ ਬੰਦੇ ਸ਼ਰਾਬਾਂ ਪੀਣੇ, ਇਹ ਸਿੱਖ ਕੌਮ ਦਾ ਚਿਹਰਾ ਨਹੀਂ ਹੋ ਸਕਦੇ। ਤੁਹਾਨੂੰ ਕੀ ਸੇਧ ਦੇਣਗੇ ਜਿਨ੍ਹਾਂ ਦਾ ਆਪਦਾ ਕਰੈਕਟਰ ਹੀ ਗੰਦਾ ਵਾ। ਸੋ ਮੇਰੀਆਂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।